ਪਿਆਰ ਕਰਨਾ ਸਿੱਖਣਾ ਹੈ ਤਾਂ ਕਿਸੇ ਕਵੀ ਤੋਂ ਸਿੱਖੋ ਮਹਿਸੂਸ ਕਰਨ ਦੀ ਜਾਤ ਸਿੱਖਣੀ ਹੈ ਤਾਂ ਕਿਸੇ ਕਵੀ ਨੂੰ ਪੜੋ ਮਹਾਨਤਾ ਤੇ ਉੱਤਮਤਾ ਦੇ ਦਰਸ਼ਨ ਕਰਨੇ ਹਨ ਤਾਂ ਕਿਸੇ ਮਹਾਨ ਕਵੀ ਦੀ ਕਲਪਨਾ ਨਾਲ ਉੱਡ ਕੇ ਵੇਖੋ ਹਰ ਕੋਈ ਕਵੀ ਬਣਨਾ ਚਾਹੁੰਦਾ ਹੈ ਪਰ ਕਿਉਂਕਿ ਬਣ ਨਹੀਂ ਸਕਦਾ ਸੋ ਕੋਈ ਫਿਲਾਸਫਰ ਬਣ ਜਾਂਦਾ ਹੈ ਕੋਈ ਵਿਗਿਆਨੀ ਸਰਬੱਤ ਦੇ ਭਲੇ ਦਾ ਸੰਦੇਸ਼ ਕਿਸੇ ਕਵੀ ਦੀ ਕਵਿਤਾ ਵਿੱਚ ਹੀ ਸੰਭਵ ਹੁੰਦਾ ਹੈ ਮਹਾਨ ਕਵੀ ਬਣੀ ਹੋ ਸਕਦਾ ਹੈ ਜਿਹੜਾ ਮਹਾਨ ਦਾਰਸ਼ਨਿਕ ਹੋਵੇ ਅਸੀਂ ਸਾਰੇ ਪਰਸੰਨ ਤੇ ਦੁਖਦਾਈ ਕੜੀਆਂ ਵਿੱਚ ਇਸ ਸੰਸਾਰ ਨੂੰ ਕਿਸੇ ਨਾ ਕਿਸੇ ਕਵੀ ਦੀਆਂ ਨਜ਼ਰਾਂ ਨਾਲ ਹੀ ਵੇਖਦੇ ਹਾਂ ਸਾਡੀਆਂ ਅਸਲ ਪ੍ਰਾਪਤੀਆਂ ਦੀ ਪੱਧਰ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਅਸੀਂ ਕਵਿਤਾ ਨੂੰ ਕਿੰਨਾ ਕੁ ਮਾਣਿਆ ਹੈ ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ ਹੈ ਉਹਨੂੰ ਪੁੱਛ ਕੇ ਦੇਖਣਾ ਉਹਨੂੰ ਕਿਸ ਕਵੀ ਨੇ ਪ੍ਰਭਾਵਿਤ ਕੀਤਾ ਹੈ ਜਦੋਂ ਲੋਕਾਂ ਦਾ ਕਵਿਤਾ ਨਾਲੋਂ ਨਾਤਾ ਟੁੱਟ ਜਾਏਗਾ ਤੇ ਉਹ ਹੋਰ ਭਾਵੇਂ ਕੁਝ ਬਣ ਜਾਣ ਇਨਸਾਨ ਨਹੀਂ ਬਣ ਸਕਣਗੇ ਸਿਕੰਦਰ ਦੇ ਸਵਾਲ ਦਾ ਪੋਰਸ ਨੇ ਜਿਹੜਾ ਜਵਾਬ ਦਿੱਤਾ ਸੀ ਉਹ ਇੱਕ ਵਾਕ ਨਹੀਂ ਸੀ ਇੱਕ ਵਾਕ ਵਾਲੀ ਕਵਿਤਾ ਸੀ ਧੰਨਵਾਦ